अज इत्थे बनूगा आलू टमाटर ते आलू मेथी। पहला आलू टमाटर की समगरी जी तैयार हो गई है, ये आलू नू आपां फेह लिया है पूरी तरह ते आ जिहड़ियां तीन ही जादू शक्तियां इहदे विच पै गईआं ने। कटे हुए टमाटर थोड़े सामने ने, ये प्याज नू मैं अवॉइड कर रहा, बिना प्याज तो बनूगी सारी सब्जी। इहदे चों अद्धा आलू मेथी वाली चल जाणा ते अद्धा अद्धा कदे जाणा कोली आलू टमाटर। थले अग लाती आ ते इहदे च पाता ओलिव ऑयल। कुली साहब ऑयल को जरा चारे पासे घुमाने के लिए एक चीज आती है हमारे पास, है वो कहाँ है, वो तेल है वो थोड़ा जा औखा होने लग पे है साढ़े, थोड़ा तत्पत कर रहा है ये। फिर हम जीरा जो है वो डाल देंगे, इसमें जीरा रख दिता जाए। दूजी समगरी वेयर इज द सरो, ओ माय गॉड वी शॉर द सरो और वी हैव, ओ वी हैव द सरो, पकड़ दिस सरो इज थोड़ी सो वी चक सरो सारी अंदर। ਇਹਦੇ ਨਾਲ ਜਿਹੜਾ ਟਮਾਟਰ ਹੈ ਉਹ ਚੱਕਦੇ ਕੋਲ ਚੱਕਦੇ ਅੱਧਾ ਅੱਧਾ ਪਾਈ, ਅੱਧਾ ਮੇਥੀ ਵਾਲੇ 'ਚ ਵੀ ਪਾਉਣਾ। ਚੱਕਦੇ ਚੱਕਦੇ ਸੋਹਣੇ ਚੱਕਦੇ, ਵੈਰੀ ਗੁੱਡ। ਸੋ ਆਪ ਦੇਖ ਰਹੇ ਹੋ ਟਮਾਟਰ ਕਿਸਾ ਸਰ ਫਰ ਕਰ ਰਹਾ ਹੈ, ਜਬ ਇਹ ਸਰ ਫਰ ਕਰ ਰਹਾ ਹੋ ਤਬ ਆਪ ਇੱਕ ਚੀਜ਼ ਲੈ ਕੇ ਇਸਕੋ ਕਿਚਨ ਕਿੰਗ ਹੋ ਜਾਂ ਗਰਮ ਮਸਾਲੇ, ਇਹ ਕਿਚਨ ਕਿੰਗ ਡਲ ਗਿਆ ਹੈ ਔਰ ਇਹ ਕਿਆ ਹੈ, ਹਰਾ ਧਨੀਆ ਹੈ, ਧਨੀਆ ਪਾਊਡਰ, ਧਨੀਆ ਪਾਊਡਰ, ਇਹ ਹਰਾ ਧਨੀਆ ਪਾਊਡਰ ਹੈ ਔਰ ਥੋੜ੍ਹੀ ਸੀ ਦੇਗੀ ਮਿਰਚ ਕਾ ਤੜਕਾ, ਅੰਗ ਅੰਗ ਖੜਕਾ। ਵੀ ਪਾਇੰਗ ਦਾ ਨਮਕ, ਔਰ ਉਹ ਨਮਕ ਤੁਸੀਂ ਥੋੜ੍ਹਾ ਬਾਅਦ 'ਚ ਵੀ ਪਾ ਸਕਦੇ ਹੋ, ਠੀਕ ਹੈ, ਹੋਰ ਪਾ ਦਿਓ, ਹੈ ਥੋੜ੍ਹਾ ਪਾ ਦਿਓ ਨਮਕ, ਥੋੜ੍ਹਾ ਜਿਹਾ ਅਕਸਰ ਅਸੀਂ ਜ਼ਿਆਦਾ ਪਾ ਦਿੰਦੇ ਹਾਂ ਪਰ ਤੁਸੀਂ ਆਪਣੇ ਹਿਸਾਬ ਨਾਲ ਭਾਈ ਪਾ ਲਿਓ। ਇਹ ਹੁਣ ਵਿੱਚ ਨਮਕ ਪੈ ਗਿਆ ਹੈ। ਆਈ ਲਵ ਹਲਦੀ, ਹਲਦੀ ਜਿਹੜੀ ਨਾ ਇਹ ਤਾਂ ਇੰਡੀਆ 'ਚ ਤਾਂ ਮਹਾਰਾਜ ਵਰਦਾਨ ਹੀ ਹੈ ਇਹ ਹਲਦੀ ਜਿਹੜੀ ਹੈ ਨਾ, ਹੁਣ ਤਾਂ ਗੋਰੇ ਮੈਂ ਸੁਣਿਆ ਕੈਪਸਲਾਂ 'ਚੋਂ ਕੱਢ ਕੱਢ ਕੇ ਹਲਦੀ ਖਾਂਦੇ ਆ, ਇਹ ਟਰਮਰਿਕ ਸ਼ਾਇਦ ਅੰਗਰੇਜ਼ੀ 'ਚ ਕਹਿੰਦੇ ਇਹਨੂੰ, ਹਲਦੀ ਇਸ ਦਾ ਵਰਦਾਨ ਇਨ ਦਾ ਇੰਡੀਆ। ਲਓ ਜੀ ਤੁਸੀਂ ਦੇਖ ਰਹੇ ਹਾਂ ਆਲੂ ਜਿਹੜਾ ਕਿ ਇਹਦੇ ਵਿੱਚ ਡਲ ਗਿਆ ਹੈ। ਅੱਛਾ ਠੀਕ ਹੈ, ਕੋਈ ਨਹੀਂ। ਅਤੇ ਆਲੂ ਟਮਾਟਰ ਦੀ ਜਿਹੜੀ ਸਬਜ਼ੀ ਆ ਇਹਨੂੰ, ਆਲੂ ਨੂੰ ਅਸੀਂ ਪਹਿਲਾਂ ਵਾਲ ਲਿਆ, ਥੋੜ੍ਹਾ ਸੌਖਾ ਹੋ ਜਾਂਦਾ, ਹੋਰ ਕੁਛ ਨਹੀਂ। ਤੁਸੀਂ ਨਾ ਵੀ ਵਾਲੋ, ਜਿਹੜੇ ਵਾਲੇ ਪ੍ਰੋਫੈਸ਼ਨਲ ਆ, ਵੀ ਆਰ ਨੋਟ ਵੈਰੀ ਪ੍ਰੋਫੈਸ਼ਨਲ, ਵੀ ਆਰ ਜਸਟ ਬਿਗਨਰ, ਸੋ ਵੀ ਉਬਾਲ ਦਾ ਆਲੂ ਐਂਡ ਦਾ ਮਸਾਲਾ ਅੱਡ ਐਂਡ ਦਾ ਮਿਕਸ ਕਰਿੰਗ ਐਂਡ ਦਾ ਆਲੂ ਆਫ ਦਾ ਬਣਿੰਗ ਆਲਮੋਸਟ ਰੈਡੀ, ਆਲਮੋਸਟ ਮਤਲਬ ਰੈਡੀ ਆ, ਚੱਕ ਤੁਸੀਂ ਖਾ ਵੀ ਸਕਦੇ ਆ, ਪਰ ਇਹਨੂੰ ਥੋੜ੍ਹਾ ਜਿਹਾ ਧੀਮੀ ਆਂਚ 'ਤੇ ਮੈਂ ਚਾਹੁੰਦਾ ਹੋਰ ਥੋੜ੍ਹਾ ਜਿਹਾ ਇਹਨੂੰ ਭਾਫ ਜੋ ਲੱਗ ਗਈ ਨਾ, ਆਹਾ ਹਾ ਹਾ ਤਰ੍ਹਾਂ ਤਰ੍ਹਾਂ ਕਰਦੇ ਫਿਰਦਾ ਇਹਨਾਂ ਨੇ ਫਿਰ। ਬ੍ਰੋ ਦਿਸ ਇਜ਼ ਪ੍ਰੋਫੈਸ਼ਨਲਿਜ਼ਮ, ਦਿਸ ਇਜ਼ ਪ੍ਰੋਫੈਸ਼ਨਲਿਜ਼ਮ, ਇਹ ਪੈ ਗਿਆ ਇਹਦੇ 'ਚ ਹਰਾ ਧਨੀਆ, ਹਰਾ ਧਨੀਆ ਇਜ਼ ਮਾਈ ਗਾਈਸ ਦਾ ਪ੍ਰੋਫੈਸ਼ਨਲ ਥਿੰਗ। ਲੁੱਕ ਐਟ ਦਿਸ ਬਿਊਟੀ, ਲੁੱਕ ਐਟ ਦਿਸ ਬਿਊਟੀ, ਊਫ ਆਈ ਨੀਡ ਮਾਈ ਸਪੂਨ। ਆਪ ਦੇਖ ਰਹੇ ਹੈ ਹਮਨੇ ਇਹ ਇਸਕੋ ਫਿਰ ਸੇ ਖਾਲੀ ਕਰ ਲਿਆ ਹੈ, ਕਿਉਂਕਿ ਹਮ ਇਸ ਪਰ ਦੁਬਾਰਾ ਬਣਾਉਣੇ ਜਾ ਰਹੇ ਹੈ ਆਲੂ ਐਂਡ ਦਾ ਮੇਥੀ। ਇੰਸਪਾਇਰਿੰਗ ਫਰੋਮ ਦਾ ਕਵਿਤਾ ਕਿਚਨ, ਕਵਿਤਾ ਜੀ ਇਜ਼ ਯੂਜ਼ਿੰਗ ਦਾ ਸੋਰੀ ਅੰਗਰੇਜ਼ੀ ਕਮਜ਼ੋਰ ਐਂਡ ਦਾ ਵਟ ਇਜ਼ ਦਾ ਪਿਆਜ ਨੂੰ ਓਨੀਅਨ, ਯਾ ਬਟ ਵੀ ਡੋਂਟ ਯੂਜ਼ ਓਨੀਅਨ ਦੀਜ਼ ਡੇਜ਼, ਮੈਂ ਥੋੜ੍ਹਾ ਓਨੀਅਨ ਤੋਂ ਬਚ ਰਿਹਾ। ਸੋ ਵਿਦਾਊਟ ਓਨੀਅਨ ਚੱਲ ਯਾਰ ਬਣਾਉਂਦੇ ਹਾਂ ਬਹੁਤ ਗੱਲਾਂ। ਲੁੱਕ ਦੀਜ਼ ਟੂਲਸ, ਇਹਨਾਂ ਦੀ ਕੋਈ ਬਹੁਤੀ ਲੋੜ ਹੁੰਦੀ ਨਹੀਂ ਵੈਸੇ, ਪਰ ਯੂ ਲੁੱਕ ਪ੍ਰੋਫੈਸ਼ਨਲ ਜਦੋਂ ਤੁਸੀਂ ਵੈਨ ਯੂ ਯੂਜ਼ ਦੀਜ਼ ਕਾਇੰਡ ਆਫ ਦ ਜਾਂ ਕਚੁਰਲੂ। ਸੇਮ ਸੀ, ਆਪਾਂ ਉਹਦੇ 'ਚ ਜੀਰਾ ਪਾਇਆ, ਉਹਦੇ 'ਚ ਸਰੋਂ ਪਾਈ, ਦੈਨ ਇਹ ਆਲੂਆਂ ਨੂੰ ਆਪਾਂ ਫਿਆ ਨਹੀਂ, ਇਹਨਾਂ ਆਲੂਆਂ ਨੂੰ ਥੋੜ੍ਹਾ ਜਿਹਾ ਆਪਾਂ ਜੀਂਦੇ ਰੱਖਿਆ ਅਤੇ ਇਹ ਆਲੂ ਹੁਣ ਆਪਣਾ ਰੂਪ ਲੈ ਰਹੇ ਆ। ਇਹ ਹੁਣ ਇੱਥੇ ਬਣ ਰਿਹਾ ਆਲੂ ਮੇਥੀ। ਆਈ ਟੋਲਡ ਯੂ ਗਾਇਜ਼ ਹਲਦੀ ਇਜ਼ ਦਾ ਵਰਦਾਨ, ਸੋ ਯੂਜ਼ ਹਲਦੀ ਐਜ਼ ਮਚ ਐਜ਼ ਯੂ ਕੈਨ। ਅੱਜ ਅਸੀਂ ਨਾ ਇਹਦੇ 'ਚ ਟਮਾਟਰ ਵੀ ਪਾਤੇ ਅਤੇ ਵਿੱਚ ਮੇਥੀ ਪਾਤੀ। ਐਕਚੁਅਲੀ ਆਲੂ ਉਬਾਲਣੇ ਨਹੀਂ ਸੀ ਇਹ 'ਚ, ਆਲੂ ਉਬਾਲੀ ਦੇ ਨਹੀਂ ਹੁੰਦੇ, ਪਰ ਕਿਉਂਕਿ ਸਾਡੇ ਆਲੂ ਉਬਲੇ ਹੋਏ ਸੀ ਸੋ ਵੀ ਡੂਇੰਗ ਸਾਰਾ ਕੁਛ ਮਿਕਸ ਮਿਕਸਡ ਐਂਡ ਇਹਦੇ 'ਚ ਜਿਹੜੀ ਜਾਦੂ ਸ਼ਕਤੀ ਹੋਏ ਆ ਕਿ ਤੁਹਾਨੂੰ ਥੋੜ੍ਹਾ ਜਿਹਾ ਸਬਰ ਕਰਨਾ ਪੈਣਾ, 8 to 10 minutes ਇਹਨੂੰ ਧੀਮੀ ਆਂਚ ਪਰ ਪੱਕਣੇ ਦੇ। ਦਾ ਮੇਨ ਇਨਗਰੀਡੈਂਟ ਇਜ਼ ਦਾ ਸਬਰ, ਜ਼ਿੰਦਗੀ 'ਚ ਸਬਰ ਕਰਨਾ ਸਿੱਖੀ ਆਪਾਂ। ਹੈਲੋ ਗਾਇਜ਼, ਆਹੋ ਤੁਸੀਂ ਸਾਰੇ ਠੀਕ ਹੋਵੋਗੇ, ਘਰ ਹੋਵੋਗੇ, ਆਪਾਂ ਵੀ ਘਰ ਹੀ ਹਾਂ, ਨਵੀਂ ਨਵੀਆਂ ਚੀਜ਼ਾਂ ਬਣਾਉਣੀਆਂ ਸਿੱਖਦੇ ਪਏ ਹਾਂ। ਕੱਲ੍ਹ ਨੂੰ ਹੈ ਜਨਤਾ ਕਰਫਿਊ, ਆਪਾਂ ਸਾਰਿਆਂ ਨੇ ਕੱਲ੍ਹ ਨੂੰ
घर ही रहना, सारा मैं पता मैं कोई लैक्चर लुक्चर नहीं लेना, तुम बद सियाने सारे। सो गाइज बी सेफ, जितने भी हमारे तुम सारा चढ़ती कला रखन, तो तुम मेरी इंस्टाग्राम स्टोरी देख सकते, मैं बहुत नवी नवी चीज़ें सीखना बना। सो आई होप थोड़ा पसंद आओ, तुम भी बना बना के खाओ, चिल करो महाराज। What I told you, bro, sabar is the main ingredient. Chakte fatte. Wow, look at this beauty. Alu methi, alu tomato, alu and the nama alu. Ede tusi paati si ki ho taniya, ede ch na pao kyunki pehle hi hara hara bahut hai.